ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਹਰਜੀਤ ਸਿੰਘ। ਲਿਆ ਦਾ ਸਵਾਦ ਪੁੱਤ ਲਈ ਆਈ ਤੂੰ, ਪਰ ਕੰਜਰ ਦੇ ਪੁੱਤਾਂ ਨੇ ਯਾਰ ਭਾਂਡੇ ਮੱਥੇ ਮਾਰੇ। ਚੱਲ ਕੋਈ ਨੀ, ਤੂੰ ਖੇਡਦਾ ਰਹਿ ਬਸ। ਤੇ ਜਿੱਦਾਂ ਕਿ ਸਾਰਿਆਂ ਨੂੰ ਪਤਾ ਹੀ ਆ ਕਿ 18 ਮਈ ਨੂੰ ਮੂਵੀ ਆ ਰਹੀ ਆ ਹਰਜੀਤਾ। ਵਰਲਡ ਕੱਪ ਖੇਡਣ ਨਾਲ ਨਹੀਂ ਬੁੱਕੇ, ਵਰਲਡ ਕੱਪ ਜਿੱਤਣ ਨਾਲ ਗੱਲ ਬਣੂ। ਜੋ ਕਿ ਮੇਰੀ ਬਾਇਓਪਿਕ ਹੈ, ਮੇਰੀ ਲਾਈਫ ਸਟੋਰੀ 'ਤੇ ਹੈ, ਜਿੱਥੋਂ ਮੈਂ ਹਾਕੀ ਸਟਾਰਟ ਕੀਤੀ ਸੀਗੀ ਉੱਥੋਂ ਲੈ ਕੇ ਜੂਨੀਅਰ ਵਰਲਡ ਕੱਪ 2016। ਹਰਜੀਤ ਸਿੰਘ, ਦੋ ਦੋ ਤਿੰਨ ਤਿੰਨ ਲੜਕੇ ਸਭੀ ਸਟੇਟ ਸੇ ਰਹੇ, ਦੂਸਰੋਂ ਕੋ ਵੀ ਕੁਛ ਦੇਣਾ ਪੜੇਗਾ। ਵਰਲਡ ਕੱਪ ਦੇਂਗੇ ਸਰ। ਮੈਂ ਬਹੁਤ ਜ਼ਿਆਦਾ ਧੰਨਵਾਦ ਕਰਦਾ ਹਾਂ ਜੇ ਬੀ ਰਿਟੇਲਰਸ ਦਾ, ਅਤੇ ਭਾਅ ਜੀ ਹੁਣਾਂ ਨੇ ਆਪਣੀ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਸਪੋਰਟ ਕਰਦੇ ਆ। ਜਦੋਂ ਮੈਂ ਇਹਨਾਂ ਦੀ ਸ਼ੋਪ ਵਿੱਚ ਆਇਆ ਸੀਗਾ, ਅਤੇ ਇਹਨਾਂ ਨੇ ਸਾਰਿਆਂ ਨੇ ਹਰਜੀਤੇ ਵਾਲੀਆਂ ਟੀ ਸ਼ਰਟਾਂ ਪਾ ਕੇ ਮੈਨੂੰ ਵਧੀਆ ਸਰਪ੍ਰਾਈਜ਼ ਦਿੱਤਾ, ਜਿੱਦਾਂ ਕਿ ਮੈਨੂੰ ਬਹੁਤ ਵਧੀਆ ਲੱਗਦਾ ਇੱਦਾਂ ਸਰਪ੍ਰਾਈਜ਼। ਐਮੀ ਭਾਅ ਜੀ ਨੇ ਬਹੁਤ ਜ਼ਿਆਦਾ ਹੀ ਮਿਹਨਤ ਕੀਤੀ, ਅਤੇ ਪੂਰੀ ਟੀਮ ਨੂੰ, ਹਰਜੀਤਾ ਟੀਮ ਨੂੰ, ਅਤੇ ਮੈਂ ਗੁੱਡ ਲੱਕ ਕਹਿੰਦਾ। ਅਤੇ ਬਹੁਤ ਜ਼ਿਆਦਾ ਉਹਨਾਂ ਨੇ ਹਾਰਡ ਵਰਕ ਕੀਤਾ, ਅਤੇ ਜਿੰਨਾ ਉਹਨਾਂ ਨੇ ਹਾਰਡ ਵਰਕ ਕੀਤਾ ਪੂਰੀ ਟੀਮ ਨੇ, ਉਨੀ ਹੀ ਵੱਧ ਕੇ ਸਪੋਰਟ ਕਰਿਓ। ਐਸਾ ਜਲਵਾ ਕਰਨਾ ਛੇਤੀ ਮੂਰੇ ਸ਼ਕਲਾਂ ਆਉਣਗੀਆਂ। ਹਾਂਜੀ, ਫਿਰ 18 ਮਈ ਨੂੰ ਚੱਲੀ ਹੈ ਜੇਵੀ ਰਿਟੇਲਰ ਦੀ ਟੀਮ ਹਰਜੀਤਾ ਦੇਖਣ। ਰੈਡੀ ਹੋ ਤੁਸੀਂ? ਹਰਜੀਤਾ 18 ਮਈ ਬੈਸਟ ਆਫ ਲੱਕ। ਕਦੋਂ ਕਿਸੇ ਨੂੰ ਉੱਠਣ ਦਿੱਤਾ ਓਏ ਚੰਦਰੇ ਹਾਲਾਤਾਂ ਨੇ। ਹਾਂਜੀ, ਬੀ ਰੈਡੀ ਫਾਰ ਹਰਜੀਤਾ। ਤੇ ਬਹੁਤ ਹੀ ਘੈਂਟ ਮੂਵੀ ਬਣਾਈ ਹੈ, ਬਹੁਤ ਹੀ ਹਟਕੇ ਕਨਸੈਪਟ ਇੱਕ ਗੇਮਸ ਤੇ, ਤੇ ਬੜੀ ਮਿਹਨਤ ਕਰੀ ਹੈ ਸਪੈਸ਼ਲੀ ਆਪਣੇ ਹਰਜੀਤ ਬਾਈ ਨੇ, ਜਿਨ੍ਹਾਂ ਦੀ ਆਪਣੀ ਲਾਈਫ ਟਾਈਮ ਅਚੀਵਮੈਂਟ ਹੈ, ਤੇ ਆਪਣੇ ਐਮੀ ਬਾਈ ਨੇ ਤਾਂ ਬਿਲਕੁਲ ਸਿਰਾ ਕਰਾ ਰੱਖਿਆ ਜੀ। ਤੇ ਰੈਡੀ ਹਾਂ ਅਸੀਂ ਫਿਰ ਹਰਜੀਤਾ ਦੇਖਣ ਲਈ। ਆ ਗਏ ਅਮ੍ਰਿਤ ਜੀ, ਦੇਖਣਾ ਇੱਕ ਦਿਨ ਧਰਤੀ ਕਾ ਸੀਨਾ ਫਾੜ ਕੇ ਦਰਖਤ ਬਣ ਕੇ ਨਿਕਲੇਗਾ ਇਹ ਮੁੰਡਾ। ਹਰਜੀਤਾ 18 ਮਈ ਬੈਸਟ ਆਫ ਲੱਕ। ਜੋ ਸੁਪਨੇ ਵੇਂਦੇ ਰਹਿੰਦੇ ਆ ਤੇ ਮਿਹਨਤ ਨਹੀਂ ਛੱਡਦੇ, ਉਹ ਧਰਤੀ ਉੱਤੇ ਖੜ ਕੇ ਚੈਲੰਜ ਸਾਰਿਆਂ ਨੂੰ ਕਰਦੇ। ਉਹ ਨਾਮ ਸੁਨਹਿਰੀ ਅੱਖਰਾਂ ਦੇ ਵਿੱਚ ਛਪਦੇ ਉਹਨਾਂ ਦੇ। ਰੋਕ ਲੈਣ ਕੀ ਹਾਰਾਂ ਦੀਆਂ ਔਕਾਤਾਂ ਨੇ। ਓਏ ਦੇਖੀ ਚੱਲ ਤੂੰ, ਦੇਖੀ ਚੱਲ, ਓਏ ਹਾਲੇ ਤਾਂ ਸ਼ੁਰੂਆਤਾਂ ਨੇ।